ਦਾਲੇ ਦੇਖੋ ਕਿ ਇਹਦੇ ਚ ਕਹਾਣੀ ਕੀ ਆ ਕਹਾਣੀ ਇਹਦੇ ਚ ਦੋ ਕਹਾਣੀਆਂ ਇਹਨਾਂ ਨੇ ਲਿਖੀਆਂ ਨੇ ਪਹਿਲੀ ਕਹਾਣੀ ਤਾਂ ਇਹ ਹੈ ਕਿ ਇੱਕ ਕੋਈ ਔਰਤ ਬੋਲ ਰਹੀ ਹੈ ਕਿ ਭਾਈ ਮੈਂ 40 ਸਾਲ ਤੋਂ ਸਾਡੇ ਘਰੇ ਮੌਤ ਦਾ ਤਾਂਡਵ ਸੀਗਾ ਮੇਰਾ ਬੱਚਾ ਥੱਲੇ ਡਿੱਗ ਪਿਆ ਕੋਈ ਕਾਲੇ ਰੰਗ ਦਾ ਸਾਇਆ ਦਿਖਿਆ ਪਰਛਾਵਾਂ ਦਿਖਿਆ ਤੇ ਉਦੋਂ ਬਾਅਦ ਅਸੀਂ ਡਰ ਗਏ ਡਰਨ ਤੋਂ ਬਾਅਦ ਸਾਡਾ ਜਵਾਬ ਬਿਮਾਰ ਹੋ ਗਿਆ ਬਿਮਾਰ ਤੋਂ ਬਾਅਦ ਅਸੀਂ ਹਸਪਤਾਲ ਲੈ ਗਏ ਹਸਪਤਾਲ ਜਾ ਕੇ ਜਵਾਕ ਸਾਡਾ ਡਾਕਟਰਾਂ ਨੇ ਉਹਦੀ ਮੌਤ ਦਾ ਐਲਾਨ ਕਰਤਾ ਵੀ ਇਹ ਮਰ ਗਿਆ ਮਰਿਆ ਐਲਾਨ ਕਰਤਾ ਉਦੋਂ ਬਾਅਦ ਇਹ ਕਹਿੰਦੇ ਜੀ ਉਦੋਂ ਬਾਅਦ ਅਸੀਂ ਇਹ ਆਪਣਾ ਹਾਂ ਚਰਚ ਚਲੇ ਗਏ ਚਰਚ ਦੇ ਵਿੱਚ ਜਾ ਕੇ ਸਾਨੂੰ ਤੇਲ ਮਲਿਆ ਇਹਦੇ ਉੱਤੇ ਉਹਨਾਂ ਨੇ ਤੇਲ ਮਲ ਕੇ ਸਾਨੂੰ ਇੱਕ ਈਮੇਲ ਦਿੱਤੀ ਇਹ ਇਸ ਈਮੇਲ ਦੇ ਉੱਤੇ ਅਸੀਂ ਸਾਡੀ ਮੇਲ ਭੇਜੀ ਤੇ ਉਦੋਂ ਬਾਅਦ ਸਾਡਾ ਜਿਹੜਾ ਇਹ 17/3/22 ਨੂੰ ਕਹਿੰਦੇ ਅੰਕਲ ਯੂਸਫ ਨਰੂਲਾ ਨੇ ਪ੍ਰਾਰਥਨਾ ਕੀਤੀ ਉਸ ਵੇਲੇ ਪਰਮੇਸ਼ਰ ਦੇ ਆਤਮਾ ਨੇ ਸਾਡੇ ਜਵਾਕ ਨੂੰ ਆ ਕੇ ਛੂਹਿਆ ਤੇ ਸਾਡਾ ਜਵਾਕ ਪੂਰੀ ਤਰ੍ਹਾਂ ਠੀਕ ਹੋ ਗਿਆ ਸੋ ਇੱਕ ਕਹਾਣੀ ਕਿ ਇੱਕ ਮਰਿਆ ਹੋਇਆ ਜਵਾਕ ਜਿਹਨੂੰ ਡਾਕਟਰਾਂ ਨੇ ਮਰਿਆ ਐਲਾਨਤਾ ਸੀਗਾ ਤੇ ਉਹ ਠੀਕ ਹੋ ਗਿਆ ਉਹ ਜਿਉਂਦਾ ਹੋ ਗਿਆ ਦੂਜੀ ਕਹਾਣੀ ਹੈ ਜੀ ਇਹ ਬੰਦੇ ਦੀ ਹੈ ਕੋਈ ਇਹ ਜਲੰਧਰ ਦਾ ਰਹਿਣ ਵਾਲਾ ਇਹਨਾਂ ਨੇ ਲਿਖਿਆ ਇਹ ਕਹਿੰਦਾ ਵੀ ਮੈਂ ਮੋਟੀ ਮੋਟੀ ਤੁਹਾਨੂੰ ਦੱਸ ਦਿੰਦਾ ਇਹ ਕਹਿੰਦਾ ਵੀ ਮੈਂ ਮੇਰੇ ਮਾਸ ਦਾ ਰੋਜ਼ ਮੇਰਾ ਮਾਸ ਸਰੀਰ ਦੇ ਵਿੱਚੋਂ ਜਿਹੜਾ 15 ਦਿਨਾਂ ਤੋਂ ਲੈ ਕੇ ਜਿਹੜਾ ਮੈਂ ਮੇਰੇ ਲਗਾਤਾਰ ਮਾਸ ਸਰੀਰ ਦੇ ਵਿੱਚੋਂ ਨਿਕਲ ਰਿਹਾ ਸੀਗਾ ਤੇ ਆਹ ਮਾਸ ਵੀ ਦਿਖਾਇਆ ਥੱਲੇ ਚੜਿਆ ਹੋਇਆ ਤਾਂ ਹਾਂ ਬੰਦੇ ਦੀ ਫੋਟੋ ਦਿਖਾਈ ਹੈ ਤੇ ਉਦੋਂ ਬਾਅਦ ਇਹ ਵੀ ਉਹੀ ਕਹਾਣੀ ਦੱਸ ਰਿਹਾ ਕਿ ਮੈਂ ਉੱਥੇ ਗਿਆ ਤੇ ਮੇਰੇ ਤੇਲ ਦੀ ਮਾਸ ਕੀਤੀ ਤੇ ਪ੍ਰਾਰਥਨਾ ਕੀਤੀ ਤੇ ਮੈਂ ਸਾਰਾ ਨੰਬਰ ਨੌ ਹੋ ਗਿਆ ਜਿਉਂਦੇ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ ਆ ਮਰਿਆਂ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ ਜਿਉਂਦੇ ਕਰ ਰਹੇ ਨੇ ਤੇ ਜਿਹੜੇ ਬੰਦੇ ਕੋਈ ਇਲਾਜ ਬਿਮਾਰ ਨੇ ਉਹਨਾਂ ਨੂੰ ਵੀ ਇਹ ਠੀਕ ਕਰ ਰਹੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਸਵਾਲ ਪੈਦਾ ਹੁੰਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਇਹ ਪਹਿਲਾਂ ਹੀ ਬਹੁਤ ਵਾਰੀ ਇਹ ਮੁੱਦਾ ਉੱਠਿਆ ਕਿ ਤੁਸੀਂ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ ਮਰਿਆਂ ਹੋਇਆਂ ਨੂੰ ਜਿਉਂਦੇ ਕਰ ਰਹੇ ਹੋ ਤੇ ਜਿਹੜਿਆਂ ਨੂੰ ਡਾਕਟਰ ਇਹ ਐਲਾਨ ਚੁੱਕਿਆ ਵੀ ਇਹ ਬੰਦਾ 10 ਦਿਨਾਂ ਜਾਂ 15 ਦਿਨਾਂ ਚ ਮਰ ਜੂਗਾ ਉਹਨੂੰ ਤੁਸੀਂ ਠੀਕ ਕਰ ਰਹੇ ਹੋ ਪਰ CMC ਤੁਹਾਡੇ ਹਸਪਤਾਲ ਨੇ ਉਹ ਬੰਦ ਕਰ ਦਿਓ ਦੁਨੀਆ ਭਰ ਚ ਹਸਪਤਾਲ ਉਹਨਾਂ ਨੂੰ ਬੰਦ ਕਰ ਦਿਓ ਜੇ ਤੁਸੀਂ ਮਰਿਆ ਹੋਇਆਂ ਨੂੰ ਜਿਉਂਦਾ ਕਰਨਾ ਫਿਰ ਜਿਹੜੇ ਮਰ ਰਹੇ ਇਨਸਾਨ ਨੇ ਇੱਥੇ ਉਹਨਾਂ ਨੂੰ ਵੀ ਜਿਉਂਦੇ ਕਰੋ ਲੋੜ ਹੀ ਨਹੀਂ ਪੈਣੀ ਫਿਰ ਤਾਂ ਮੌਤ ਆਉਣੀ ਨਹੀਂ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਇਹ ਕੁਦਰਤ ਦੀ ਪ੍ਰਕਿਰਿਆ ਇਹ ਕੁਦਰਤ ਦਾ ਇੱਕ ਨਿਜ਼ਾਮ ਹੈ ਇੱਕ ਨਿਜ਼ਮ ਹੈ ਕਿ ਜਿਹੜੀ ਚੀਜ਼ ਇੱਥੇ ਪੈਦਾ ਹੋਈ ਹੈ ਉਹਨੇ ਇੱਕ ਦਿਨ ਖਤਮ ਹੋਣਾ ਉਹ ਚਾਹੇ ਸੂਰਜ ਵੀ ਕਿਉਂ ਨਹੀਂ ਕਿਉਂਕਿ ਸੂਰਜ ਵੀ ਹੁਣ ਦੱਸਿਆ ਜਾ ਰਿਹਾ ਕਿ ਸੂਰਜ ਦੀ ਉਮਰ ਵੀ ਦਿਨੋ ਦਿਨ ਜਿਹੜੀ ਘਟਦੀ ਤੁਰੀ ਜਾ ਰਹੀ ਤੇ ਇਸ ਕਰਕੇ ਇਹ ਜਿਹੜਾ ਸਾਡਾ ਪ੍ਰਚਾਰ ਕਰ ਰਿਹਾ ਸੀ ਸਾਰਾ ਸਾਡਾ ਨਗਰ ਖੜਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਚੇਤਾਵਨੀ ਦਿੰਦੇ ਹਾਂ ਰਾਤ ਨੂੰ ਕੈਮਰਿਆਂ ਸਾਡੇ ਆ ਗਏ ਇੱਕ ਬੰਦਾ ਹੈ ਤੇ ਇੱਕ ਬੁੜੀ ਹੈ ਇਹ ਦੋ ਜਣੇ ਲਾ ਕੇ ਗਏ ਆ ਜੇ ਸਾਡੇ ਕਿਤੇ ਇਹ ਧੱਕੇ ਚੜ ਗਏ ਇੜਕੇ ਚੜ ਗਏ ਇਹ ਜੇ ਪੋਸਟਰ ਲਾਉਂਦੇ ਪ੍ਰਚਾਰ ਕਰਦੇ ਸਾਡੇ ਪਿੰਡ 'ਚ ਵੜ ਗਏ ਤਾਂ ਅਸੀਂ ਬਖਸ਼ਾਂਗੇ ਨਹੀਂ ਅਸੀਂ ਲੱਤਾਂ ਵੱਢਾਂਗੇ ਫਿਰ ਲੱਤਾਂ ਵੱਢ ਦਿਆਂਗੇ ਫਿਰ ਦੇਖਾਂਗੇ ਤੁਹਾਡਾ ਕਿਹੜਾ ਇਹ ਅੰਕਲ ਨਰੂਲਾ ਜਾਂ ਕਿਹੜਾ ਬੰਦਾ ਤੁਹਾਡਾ ਹੱਥ ਲਾ ਕੇ ਤੁਹਾਡੀ ਲੱਤ ਨੂੰ ਕੀ ਆ ਮੁੜ ਕੇ ਜੋੜ ਹੀ ਦੇਵੇ ਇਹ ਵੀ ਦੇਖ ਲਾਂਗੇ ਫਿਰ ਸੋ ਇਸ ਤੁਹਾਨੂੰ ਚੇਤਾਵਨੀ ਹੈ ਵੀ ਸਾਡੇ ਪਿੰਡ ਕੋਈ ਪ੍ਰਚਾਰ ਕਰਦਾ ਮਿਲ ਗਿਆ ਜਾਂ ਹਜੇ ਇਸ਼ਤਿਹਾਰ ਲਾਉਂਦਾ ਮਿਲ ਗਿਆ ਕਿ ਦਿਨੇ ਰਾਤ ਨੂੰ ਹੁਣ ਸਾਰਾ ਪਿੰਡ ਸਾਡਾ ਚਕੰਨਾ ਹੋ ਗਿਆ ਇਸ ਗੱਲ ਤੋਂ ਬਾਅਦ ਤੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਚਕੰਨੇ ਹੋ ਜਾਓ ਯਾਰ ਰਾਤ ਨੂੰ ਨਿਗਾਹ ਰੱਖਿਆ ਕਰੋ ਪਤਾ ਨਹੀਂ ਕਿਹੜੇ ਵੇਲੇ ਦਿਨੇ ਵੀ ਰਾਤ ਨੂੰ ਵੀ ਖਾਸ ਕਰਕੇ ਅਹਿਜੀਆਂ ਮਾਈਆਂ ਕੋਲੇ ਆਉਂਦੇ ਜਿੱਥੇ ਜ਼ਿਆਦਾ ਅਨਪੜ੍ਹਤ ਹੈ ਜਾਂ ਗਰੀਬੀ ਹੈ ਜਿਹਨੂੰ ਪਤਾ ਹੀ ਨਹੀਂ ਉੱਥੇ ਲਾਲਚ ਵੀ ਦਿੰਦੇ ਆ ਕਿਸੇ ਨੂੰ ਘਰ ਪਾਉਣ ਦਾ ਲਾਲਚ ਦੇਤਾ ਕਿਸੇ ਦੀ ਫੀਸ ਭਰਤੀ ਜਵਾਕ ਦੀ ਕਿਹੜਾ ਲਾਲਚ ਕਰਾਉਣ ਦਾ ਲਾਲਚ ਦੇਤਾ ਤਰ੍ਹਾਂ ਤਰ੍ਹਾਂ ਦੇ ਲਾਲਚ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਜਿਹੜਾ ਇਹ ਤਬਦੀਲ ਲੋਕਾਂ ਦਾ ਕਰਾ ਰਹੇ ਆ ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ ਜਿਹੜਾ ਧਰਮ ਹੈ ਆਪੋ ਆਪਣਾ ਪ੍ਰਚਾਰ ਕਰੋ ਕੋਈ ਵੀ ਧਰਮ ਹੈ ਹੱਕ ਦੀ ਸੱਚ ਦੀ ਗੱਲ ਕਰਦਾ ਨੇਕੀ ਦੀ ਗੱਲ ਕਰਦਾ ਲੋਕਾਂ ਨੂੰ ਸੇਧ ਦੇਣ ਦੀ ਗੱਲ ਕਰਦਾ ਨਾ ਕਿ ਇਹੋ ਜਿਹੀਆਂ ਕਹਾਣੀਆਂ ਕੋਈ ਧਰਮ ਘੜਦਾ ਜਾਂ ਕੋਈ ਮਰਿਆ ਹੋਇਆਂ ਨੂੰ ਜਿਉਂਦੇ ਕਰਦਾ ਇਹ ਮੰਨਣ 'ਚ ਹੀ ਨਹੀਂ ਆਉਂਦੀ ਗੱਲ ਇਹ ਕੁਦਰਤ ਦੇ ਪਰਮਾਤਮਾ ਦੇ ਰੱਬ ਦੇ ਨਿਯਮ ਦੇ ਵੀ ਉਲਟ ਹੈ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬਖਸ਼ਾਂਗੇ ਨਹੀਂ ਜਿਹੜਾ ਵੀ ਬੰਦਾ ਸਾਨੂੰ ਜਾਂ ਕੋਈ ਬੁੜੀ ਇੱਥੇ ਮਿਲ ਗਈ ਰਾਤ ਬਰਾਤੇ ਦੇਣੇ ਕੋਈ ਪਰਚੇ ਬਣ ਦੀ ਮਿਲ ਗਈ ਕੋਈ ਘਰਾਂ 'ਚ ਮੈਂ ਪਤਾ ਲੱਗਿਆ ਕਿ ਘਰਾਂ 'ਚ ਵੀ ਇਹ ਪ੍ਰਚਾਰ ਕਰ ਰਹੇ ਆ ਜਾ ਕੇ ਪਿੰਡੋ ਪਿੰਡੀ ਬਹੁਤ ਘਰਾਂ 'ਚ ਪ੍ਰਚਾਰ ਕਰ ਰਹੇ ਆ ਨਾਲ ਇਹ ਸਕੂਲਾਂ ਦੇ ਵਿੱਚ ਜਿਹੜੇ ਇਹਨਾਂ ਦੇ ਸਕੂਲ ਨੇ ਜਿਹੜੇ ਈਸਾਈਆਂ ਦੇ ਸਕੂਲ ਨੇ ਉੱਥੇ ਵੀ ਤੁਹਾਡੇ ਜਵਾਕ ਪੜ੍ਹਦੇ ਆ ਗੌਰ ਰੱਖਿਓ ਉੱਥੇ ਵੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਜਵਾਕਾਂ ਨੂੰ ਗੁੰਮਰਾਹ ਕਰਕੇ ਜਵਾਕ ਛੋਟਾ ਉਮਰ ਜਿਹੜੀ ਅਵਸਥਾ ਹੁੰਦੀ ਹੈ ਜਵਾਕ ਦੀ ਤਾਂ ਉੱਥੇ ਜਿਹੜਾ ਮਰਜ਼ੀ ਜਵਾਕ ਨੂੰ ਪਾਠ ਪੜ੍ਹਾ ਦਿਓ ਜੋ ਮਰਜ਼ੀ ਸਿਖਾ ਦਿਓ ਬੱਚਾ ਉੱਥੇ ਪੱਕ ਜਾਂਦਾ ਤਾਂ ਉੱਥੇ ਵੀ ਨਿਗਾਹ ਰੱਖੋ ਗੌਰ ਰੱਖੋ ਇਹ ਬਹੁਤ ਵੱਡੇ ਪੱਧਰ 'ਤੇ ਹਮਲਾ ਹੋ ਰਿਹਾ ਸੋ ਨਾਲ ਮੇਰੇ
ਸਾਡੇ ਪਿੰਡ ਦੇ ਗੁਰਸਿੱਖ ਸਾਹਿਬ ਨੇ ਬਾਬਾ ਇੰਦਰਜੀਤ ਸਿੰਘ ਇੰਦਰਾ ਇਹ ਵੀ ਦੋ ਸ਼ਬਦ ਜਿਹੜੇ ਲੋਕਾਂ ਨੂੰ ਮੈਂ ਚਾਹੁੰਦਾ ਕਿ ਆਪਣੇ ਜ਼ਬਾਨੀ ਦੱਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਜੋ ਬਾਈ ਜੀ ਨੇ ਦੱਸਿਆ ਕਿ ਜੋ ਇਹ ਪੋਸਟਰ ਲਾ ਕੇ ਗਏ ਹੈ ਉਹ ਰਾਤ ਨੂੰ ਲਾ ਕੇ ਗਏ ਹੈ ਲਾ ਕੇ ਵੀ ਉਹ ਇੱਕ ਪਾਸੇ ਗਏ ਆ ਸਾਰੇ ਪਿੰਡ ਦੇ ਵਿੱਚ ਨਹੀਂ ਮੈਂ ਘੁੰਮ ਕੇ ਆਇਆ ਵੀ ਕਿਤੇ ਵੀ ਇਹ ਪੋਸਟਰ ਨਹੀਂ ਲੱਗਿਆ ਖਾਸ ਕਰਕੇ ਇਹ ਮਜ਼ਦੂਰ ਵਰਗ ਵਾਲੇ ਪਾਸੇ ਲੱਗਿਆ ਇੱਥੋਂ ਇੱਕ ਸਾਜਿਸ਼ ਦਾ ਪਤਾ ਲੱਗ ਜਾਂਦਾ ਹੈ ਵੀ ਜਿਹੜੇ ਕੁਝ ਕੁ ਲੋਕ ਹੈ ਉਹ ਸਾਜਿਸ਼ ਕਰ ਰਹੇ ਆ ਸਾਜਿਸ਼ ਕਾਹਦੀ ਹੈ ਵੀ ਜਿਹੜੀ ਗਰੀਬ ਅਨਪੜ੍ਹ ਜਨਤਾ ਹੈ ਉਹਨਾਂ ਨੂੰ ਇੱਧਰਲੇ ਪਾਸੇ ਖਿੱਚਣ ਦੇ ਵਾਸਤੇ ਉਹਨਾਂ ਨੂੰ ਇੱਕ ਥੋੜ੍ਹਾ ਜਿਹਾ ਨਿਗੂਣਾ ਜਿਹਾ ਲਾਲਚ ਦੇ ਕੇ ਜਾਂ ਇਹੋ ਜਿਹੀਆਂ ਜਿਹੜੀਆਂ ਫੋਕੀਆਂ ਕਰਮ ਕਾਂਡਾਂ ਵਾਲੀਆਂ ਗੱਲਾਂ ਹੈ ਕਰਮ ਕਾਂਡਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਇੱਧਰਲੇ ਪਾਸੇ ਲਿਆਇਆ ਜਾ ਸਕੇ ਹੁਣ ਜੇ ਆਪਾਂ ਲਿਆਉਣ ਦੀ ਗੱਲ ਕਰੀਏ ਤਾਂ ਇੱਕ ਪਾਸੇ ਆਪਾਂ ਕੱਲ੍ਹ ਹੀ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਹੋ ਕੇ ਹਟੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਕੱਲ੍ਹ ਸ਼ਹੀਦੀ ਸੀਗੀ ਅਤੇ ਸਾਡੇ ਵਾਸਤੇ ਕੌਮ ਦੇ ਵਾਸਤੇ ਸਾਡੇ ਲੋਕਾਂ ਦੇ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਬੰਸ ਤੱਕ ਕੁਰਬਾਨ ਕੀਤਾ ਪਰ ਸਾਡੇ ਲੋਕਾਂ ਨੂੰ ਅੱਜ ਸਮਝਣਾ ਚਾਹੀਦਾ ਹੈ ਵੀ ਜਿਹੜੇ ਇਹ ਇੱਦਾਂ ਦੇ ਲੋਕ ਹੈ ਕੂੜ ਚ ਪ੍ਰਚਾਰ ਕਰਨ ਵਾਲੇ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਦੇ ਸਾਨੂੰ ਭੁੱਲ ਕੇ ਵੀ ਨਹੀਂ ਆਉਣਾ ਦੂਜੀ ਗੱਲ ਜਿਹੜੀ ਇਹ ਮਰਨ ਦੀ ਗੱਲ ਕਰਦੇ ਹੈ ਵੀ ਮਰਿਆ ਵਾ ਬੰਦਾ ਦੁਨੀਆਂ ਦੇ ਉੱਤੇ ਕੋਈ ਵੀ ਧਰਮ ਜਾਂ ਤਾਂ ਇਹ ਨਾ ਤਾਂ ਇਹ ਗੱਲ ਕਹਿੰਦਾ ਤੇ ਨਾ ਦੁਨੀਆਂ ਦੇ ਉੱਤੇ ਕੋਈ ਐਸੀ ਚੀਜ਼ ਬਣੀ ਹੈ ਜਿਹੜੀ ਕਦੇ ਕਿਸੇ ਬੰਦੇ ਨੂੰ ਮਰੇ ਹੋਏ ਨੂੰ ਜਿਉਂਦਾ ਕਰਦੀ ਹੋਵੇ ਅੱਜ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਨਹੀਂ ਜਿਹੜੇ ਇੱਦਾਂ ਦੇ ਬੰਦੇ ਜਿਹੜੇ ਇਹ ਕਰ ਰਹੇ ਹੈ ਨਾ ਗੁੰਮਰਾਹ ਪ੍ਰਚਾਰ ਕਰ ਰਹੇ ਹੈ ਪਿੱਛੇ ਜੇ ਰੌਲਾ ਚੱਲਿਆ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਆਏ ਸੀ ਈਸਾਈ ਧਰਮ ਦੇ ਜਿਹੜੇ ਕੁਝ ਕੁ ਮੁੱਖ ਬੰਦੇ ਆਏ ਸੀਗੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਅਸਲੀ ਈਸਾਈਅਤ ਦੇ ਜਿਹੜੇ ਲੋਕ ਹੈਗੇ ਈਸਾਈਅਤ ਨੂੰ ਮੰਨਣ ਵਾਲੇ ਆ ਪ੍ਰਚਾਰਕ ਹੈ ਉਹ ਇੱਦਾਂ ਦੀਆਂ ਗੱਲਾਂ ਨਹੀਂ ਕਰਦੇ ਤੇ ਜਿਹੜੇ ਕੁਝ ਕੁ ਢੋਂਗੀ ਲੋਕ ਸਵਾਰਥੀ ਲੋਕ ਜਾਂ ਲੋਕਾਂ ਨੂੰ ਮੂਰਖ ਬਣਾਉਣ ਦੇ ਵਾਸਤੇ ਕਰਮਕਾਂਡਾਂ ਦੇ ਵਿੱਚ ਲਾਉਣ ਦੇ ਵਾਸਤੇ ਗੁੰਮਰਾਹ ਕਰਨ ਜਿਹੜਾ ਇਹ ਪ੍ਰਚਾਰ ਕਰ ਰਹੇ ਹੈ ਪਰ ਅਸੀਂ ਹਰ ਇੱਕ ਧਰਮ ਦਾ ਜਿਹੜਾ ਹੈਗਾ ਸਤਿਕਾਰ ਕਰਦੇ ਹਾਂ ਈਸਾ ਜੀ ਜਿਹੜੇ ਹੋਏ ਆ ਈਸਾਈਅਤ ਦੇ ਬਾਨੀ ਹੋਏ ਆ ਉਹਨਾਂ ਦਾ ਵੀ ਅਸੀਂ ਜਿਹੜਾ ਹੈਗੇ ਆ ਸਤਿਕਾਰ ਕਰਦੇ ਹਾਂ ਕੋਈ ਵੀ ਧਰਮ ਹੈ ਸਤਿਕਾਰਯੋਗ ਹੈ ਔਰ ਈਸਾਈ ਈਸਾਈ ਬਣ ਕੇ ਰਹੇ ਹਿੰਦੂ ਹਿੰਦੂ ਬਣ ਕੇ ਰਹੇ ਮੁਸਲਮਾਨ ਮੁਸਲਮਾਨ ਬਣ ਕੇ ਰਹੇ ਅਤੇ ਸਿੱਖ ਸਿੱਖ ਬਣ ਕੇ ਰਹੇ ਕਿਸੇ ਨੂੰ ਵੀ ਕਿਸੇ ਦਾ ਧਰਮ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਈ ਅਸੀਂ ਜਿਹੜੀ ਹੈਗੀ ਆ ਇਜਾਜ਼ਤ ਨਹੀਂ ਦਿੱਤੀ ਜਾਣੀ ਆ ਚਾਹੀਦੀ ਤੋ ਜਿਹੜਾ ਕਹਿੰਦੇ ਆ ਵੀ ਜਿਹੜਾ ਕੋਈ ਚਰਚ ਹੈ ਉਹਨਾਂ ਦਾ ਧਾਰਮਿਕ ਸਥਾਨ ਹੈ ਉਹ ਆਪਣੇ ਧਰਮ ਸਥਾਨ ਦੇ ਉੱਤੇ ਪ੍ਰਚਾਰ ਕਰਨ ਜੀ ਸਕਦੇ ਕਰਨ ਕੋਈ ਰੋਕਦਾ ਨਹੀਂ ਪਰ ਲੋਕਾਂ ਨੂੰ ਜਿਹੜਾ ਗੁੰਮਰਾਹ ਪ੍ਰਚਾਰ ਕਰਨਾ ਇਹ ਬਹੁਤ ਵੱਡਾ ਇੱਕ ਗਲਤ ਸਹੀ ਕਰਨ ਬਾਬਾ ਸੱਚਾਈ ਦੱਸਣ ਹਾਂ ਸੱਚਾਈ ਦੱਸਣੀ ਚਾਹੀਦੀ ਹੈ ਪਰ ਜੇ ਇਹ ਇੱਦਾਂ ਦਾ ਗੁੰਮਰਾਹ ਪ੍ਰਚਾਰ ਕਰਦੇ ਆ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਦੇ ਵੀ ਇਹ ਗੁੰਮਰਾਹ ਪ੍ਰਚਾਰ ਕਰਨ ਨਹੀਂ ਕਰਨ ਦੇਵਾਂਗੇ ਤੇ ਨਾ ਹੀ ਹੋਣ ਦੇਵਾਂਗੇ ਇਹ ਸਾਡੀ ਅਪੀਲ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਤੁਸੀਂ ਦੱਸੋ ਮਈ ਹੁਣ ਬੰਦਾ ਮਰਿਆ ਜਾਂਦਾ ਹੋ ਜੀ ਜਵਾਨ ਨਹੀਂ ਹੁੰਦਾ ਜੀ ਕੋਈ ਦਾ ਅਨਪੜ੍ਹ ਕੋਈ ਦੋ ਪੜ੍ਹੀ ਆ ਕੋਈ ਸਕੂਲ ਗਈ ਆ ਕੋਈ ਗਈ ਨਹੀਂ ਤੇ ਇੱਕ ਆਪਣੇ ਪਿੰਡ